ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਕਹਿੰਦੇ ਆ ਵੀ ਮਨ 'ਚ ਕੁਛ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦੀ ਇੱਕ ਕਹਾਣੀ ਕਾਲਾਂ ਵਾਲੀ ਮੰਡੀ 'ਚ ਦੋ ਸਕੀਆਂ ਭੈਣਾਂ ਜਿਹੜੀਆਂ ਉਹਨਾਂ ਨੇ ਸਰਕਾਰੀ ਵਕੀਲ ਬਣਨ ਵਾਲਾ ਜਿਹੜਾ ਐਗਜ਼ਾਮ ਆ ਉਹ ਪਾਸ ਕਰ ਲਿਆ ਹੈ। ਅਤੇ ਕਾਲਾਂ ਵਾਲੀ ਮੰਡੀ ਅਤੇ ਸਰਸਾ ਜ਼ਿਲ੍ਹੇ ਵਾਸਤੇ ਫਖਰ ਦੀ ਗੱਲ ਹੈ ਕਿ ਦੋਨੇ ਇੱਕੇ ਘਰ 'ਚ ਇੱਕੇ ਪਰਿਵਾਰ 'ਚ ਸਕੀਆਂ ਭੈਣਾਂ ਨੇ ਇਹ ਐਗਜ਼ਾਮ ਕਲੀਅਰ ਕਰਕੇ ਆ ਜਿਹੜਾ ਵਕੀਲ ਸਰਕਾਰੀ ਵਕੀਲ ਬਣ ਗਈਆਂ। ਅਤੇ ਪਰਿਵਾਰ ਤੋਂ ਇਲਾਵਾ ਹੋਰ ਨੇੜੇ ਤੇੜੇ ਦੇ ਸਕੇ ਸੰਬੰਧੀ ਹੈ ਜਿਹੜੇ ਉਹ ਇਹਨਾਂ ਨੂੰ ਵਧਾਈਆਂ ਦੇਣ ਦਾ ਜਿਹੜਾ ਸਿਲਸਿਲਾ ਅੱਜ ਜਾਰੀ ਹੈ। ਅਤੇ ਅੱਜ ਅਸੀਂ ਪਹੁੰਚੇ ਹਾਂ, ਮਨਪ੍ਰੀਤ ਅਤੇ ਵੀਰਪਾਲ ਕੌਰ ਮੇਰੇ ਨਾਲ ਮੌਜੂਦ ਆ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਦੋਨਾਂ ਭੈਣਾਂ ਨੂੰ ਬਹੁਤ ਬਹੁਤ ਵਧਾਈ। ਅੱਛਾ ਵੀਰਪਾਲ, ਤੁਸੀਂ ਵੱਡੇ ਹੋ, ਸ਼ੁਰੂਆਤੀ ਜਿਹੜੀ ਪੜ੍ਹਾਈ ਹੈ ਉਹ ਕਿਸ ਤਰ੍ਹਾਂ ਦੀ ਰਹੀ, ਕਿੱਥੇ ਪੜ੍ਹਾਈ ਕੀਤੀ? ਐਕਚੁਲੀ ਜੋ ਸਾਡੀ ਸਟਾਰਟਿੰਗ ਸਕੂਲਿੰਗ ਹੈ ਉਹ ਸਤਲੁਜ ਸਕੂਲ 'ਚ ਹੋਈ ਹੈ। ਉਸ ਤੋਂ ਬਾਅਦ ਕੁਛ ਫਾਈਨੈਂਸ਼ੀਅਲ ਕੰਡੀਸ਼ਨਸ ਦੀ ਵਜ੍ਹਾ ਨਾਲ ਅਸੀਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ 'ਚ ਚਲੇ ਗਏ ਸੀ। ਮੈਂ ਫਿਫਥ ਕਲਾਸ ਤੱਕ ਸਤਲੁਜ ਸਕੂਲ 'ਚ ਪੜ੍ਹੀ ਹਾਂ, ਉਸ ਤੋਂ ਬਾਅਦ ਸਿਕਸ ਕਲਾਸ ਤੋਂ ਗੌਰਮੈਂਟ ਸਕੂਲ 'ਚ। ਫਿਰ ਕੁਛ ਸਾਲਾਂ ਬਾਅਦ ਵੀਰਪਾਲ ਦਾ ਵੀ ਟ੍ਰਾਂਸਫਰ ਅਸੀਂ ਉੱਥੇ ਕਰਾਤਾ ਸੀ ਗੌਰਮੈਂਟ ਸਕੂਲ 'ਚ। ਅਤੇ ਟਵੈਲਥ ਤੱਕ ਅਸੀਂ ਦੋਨੋਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ 'ਚ ਹੀ ਪੜ੍ਹੇ ਹਾਂ। ਉਸ ਤੋਂ ਬਾਅਦ ਸਾਡੀ ਅੱਗੇ ਦੀ ਪੜ੍ਹਾਈ ਸਾਰੀ ਪੰਜਾਬ ਯੂਨੀਵਰਸਿਟੀ ਦੀ ਆ। ਅਸੀਂ ਦੋਨਾਂ ਨੇ ਇੰਟਰੈਂਸ ਦਿੱਤਾ, ਉੱਥੇ ਐਗਜ਼ਾਮ ਕਲੀਅਰ ਕੀਤਾ, ਫਿਰ ਅਸੀਂ ਉੱਥੇ ਗ੍ਰੈਜੂਏਸ਼ਨ ਕਰਨ ਲਈ ਚਲੇ ਗਏ ਸੀ। ਪ੍ਰਾਈਵੇਟ ਸਕੂਲ ਤੋਂ ਫਿਰ ਸਰਕਾਰੀ ਸਕੂਲ ਦਾ ਕੀ ਕਾਰਨ ਰਿਹਾ? ਕਿਉਂਕਿ ਜ਼ਿਆਦਾਤਰ ਪ੍ਰਾਈਵੇਟ ਸਕੂਲ ਨੂੰ ਹੀ ਪ੍ਰੈਫਰੈਂਸ ਕਰਦੇ ਆ ਮਾਂ ਪਿਓ ਵੀ ਹੈ ਜਿਹੜੇ ਵੀ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਾਈ। ਹਾਂਜੀ, ਜਿਵੇਂ ਮੰਤਰੀ ਨੇ ਦੱਸਿਆ ਥੋੜ੍ਹਾ ਫਾਈਨੈਂਸ਼ੀਅਲ ਕੰਡੀਸ਼ਨ ਮਤਲਬ ਜੋ ਚੱਲਦੀ ਹੀ ਰਹਿੰਦੀਆਂ ਨੇ, ਉਸ ਕਰਕੇ ਮਨਪ੍ਰੀਤ ਨੂੰ ਉੱਧਰ ਸ਼ਿਫਟ ਕਰਨਾ ਪਿਆ। ਤਾਂ ਫਿਰ ਮੰਮਾ ਪਾਪਾ ਨੇ ਸੋਚਿਆ ਕਿ ਮੰਤਰੀ ਨੂੰ ਸ਼ਿਫਟ ਕਰ ਰਿਹਾ ਤਾਂ ਮੈਨੂੰ ਵੀ ਨਾਲ ਹੀ ਸ਼ਿਫਟ ਕਰ ਦਿੱਤਾ ਸੀ ਉਹਨਾਂ ਦੇ ਨਾਲ। ਠੀਕ ਹੈ। ਸਰਕਾਰੀ ਸਕੂਲ ਦੀ ਫਿਰ ਪੜ੍ਹਾਈ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ? ਬਹੁਤ ਵਧੀਆ ਪੜ੍ਹਾਈ ਸੀ, ਕੁਛ ਮਤਲਬ ਏਦਾਂ ਨਹੀਂ ਸੀ ਜੀ ਨਹੀਂ ਸੀ। ਐਕਚੁਲੀ ਖੁਦ ਹੀ ਪੜ੍ਹਨ ਦਾ ਬਹੁਤ ਇੰਟਰਸਟ ਸੀ, ਪੜ੍ਹੇ ਔਰ ਐਕਚੁਲੀ ਇੰਗਲਿਸ਼ ਮੀਡੀਅਮ ਲੈ ਕੇ ਹੀ ਪੜ੍ਹੇ ਸੀ ਅਸੀਂ, ਕਿਉਂਕਿ ਅੱਗੇ ਪਤਾ ਚੱਲਿਆ ਕਿ ਇੰਗਲਿਸ਼ ਮੀਡੀਅਮ ਹੋਣਾ ਬਹੁਤ ਜ਼ਰੂਰੀ ਆ। ਤਾਂ ਅਸੀਂ ਟੈਂਥ ਤੋਂ ਹੀ ਇੰਗਲਿਸ਼ ਮੀਡੀਅਮ ਕਰ ਲਿਆ ਸੀ ਗੌਰਮੈਂਟ ਸਕੂਲ ਦੇ ਵਿੱਚ ਵੀ। ਅਤੇ ਬਹੁਤ ਅੱਛੇ ਟੀਚਰ ਸੀ, ਇੰਗਲਿਸ਼ ਦੇ ਟੀਚਰ ਸਾਡੇ ਬਹੁਤ ਅੱਛੇ ਸੀ, ਸਾਇੰਸ ਦੇ ਟੀਚਰ ਬਹੁਤ ਅੱਛੇ ਸੀ, ਉਹਨਾਂ ਤੋਂ ਮੈਨੂੰ ਇੰਟਰਸਟ ਕ੍ਰੀਏਟ ਹੋਇਆ ਸੀ ਸਾਇੰਸ ਵਿੱਚ ਜਾਣ ਦਾ। ਲਾ ਵਾਲੇ ਪਾਸੇ ਫਿਰ ਗਾਈਡੈਂਸ ਟੀਚਰਾਂ ਨੇ ਕਰੀ, ਮਾਪਿਆਂ ਨੇ ਕਰੀ, ਕਿਸ ਤਰ੍ਹਾਂ ਇਹ ਰਸਤਾ? ਐਕਚੁਅਲੀ ਜਿੱਦਾਂ ਕਿ ਮਨਪ੍ਰੀਤ ਦਾ ਬੈਕਗ੍ਰਾਉਂਡ ਸੀ ਸਾਇੰਸ ਦਾ, ਤਾਂ ਇਹਨੇ ਐਂਟਰੈਂਸ ਕਲੀਅਰ ਕਰਕੇ ਬੀ ਫਾਰਮੇਸੀ 'ਚ ਐਡਮਿਸ਼ਨ ਲੈ ਲਿਆ ਪੰਜਾਬ ਯੂਨੀਵਰਸਿਟੀ ਵਿੱਚ। ਫਿਰ ਉੱਥੇ ਮਨਪ੍ਰੀਤ ਨੇ ਦੇਖਿਆ ਕਿ ਇੱਕ ਲੋਅ ਡਿਪਾਰਟਮੈਂਟ ਹੈਗਾ ਆ ਜਿਹਦਾ ਰਿਜ਼ਲਟ ਬਹੁਤ ਅੱਛਾ ਆ, ਜਿਹਦੀ ਗਾਈਡੈਂਸ ਬਹੁਤ ਅੱਛੀ ਆ, ਜਿਹਦਾ ਰਿਜ਼ਲਟ ਇਹੀ ਨਿਕਲਦਾ ਕਿ ਬੱਚੇ ਸਕਸੈਸਫੁਲ ਹੁੰਦੇ ਹੀ ਹੈ ਉਸ ਡਿਪਾਰਟਮੈਂਟ ਦੇ। ਤਾਂ ਮਨਪ੍ਰੀਤ ਨੇ ਸਾਡੀ ਫੈਮਿਲੀ ਨਾਲ ਡਿਸਕਸ ਕੀਤਾ ਕਿ ਆਪਾਂ ਵੀਰਪਾਲ ਨੂੰ ਲੋਅ ਕਰਵਾ ਦਿੰਦੇ ਹਾਂ, ਬਹੁਤ ਅੱਛਾ ਇਹਦਾ ਸਕੋਪ ਹੈ ਅਗਲੇ ਮਤਲਬ ਆਉਣ ਵਾਲੇ ਟਾਈਮ 'ਚ। ਤਾਂ ਮਨਪ੍ਰੀਤ ਦੇ ਕਹਿਣ 'ਤੇ, ਮਨਪ੍ਰੀਤ ਦੀ ਗਾਈਡੈਂਸ 'ਤੇ ਹੀ ਮੈਨੂੰ ਲੋਅ ਦੇ ਵਿੱਚ ਪਾਇਆ ਗਿਆ ਸੀ। ਪੰਜਾਬ ਯੂਨੀਵਰਸਿਟੀ ਕਿੰਨਾ ਸਾਇੰਸ ਤੁਸੀਂ ਜਿਹੜੇ ਸਟੱਡੀ ਕਰਦੇ ਹੋ? ਹਾਂਜੀ, ਮੈਂ ਪਹਿਲਾਂ ਉੱਥੇ ਗ੍ਰੈਜੂਏਸ਼ਨ ਕੀਤੀ ਹੈ ਬੀ ਫਾਰਮੇਸੀ 'ਚ 4 ਸਾਲ ਦੀ, ਫਿਰ ਮੈਨੇ 3 ਈਅਰ ਲਾਅ ਡਿਪਾਰਟਮੈਂਟ 'ਚ ਕੀਤੀ ਹੈ। ਠੀਕ ਹੈ। ਤੁਸੀਂ ਛੋਟੇ ਹੋ, ਫਿਰ ਵੱਡੀ ਭੈਣ ਨੂੰ ਦੇਖ ਦੇਖ ਕੇ ਹੀ ਉਹਨਾਂ ਦੇ ਮਗਰ ਜਿਹੜੇ ਤਿਆਰੀ ਕਰਦੇ ਰਹੇ, ਜਾਂ ਸ਼ੁਰੂ 'ਚ ਜਿਵੇਂ ਕਹਿੰਦੇ ਆਪਾਂ ਦੋ ਭੈਣ ਭਰਾ ਹੁੰਦੇ ਆ, ਕੰਪੀਟੀਸ਼ਨ ਬੜਾ ਹੁੰਦਾ ਹੈਗਾ ਵੀ ਮੈਨੂੰ ਵੱਧ ਨੰਬਰ ਆ ਜਾਣ, ਇਸ ਤਰ੍ਹਾਂ ਦਾ ਰਹਿੰਦਾ ਜੀ? ਨਹੀਂ ਨਹੀਂ, ਏਦਾਂ ਦਾ ਕੁਛ ਨਹੀਂ ਸੀ, ਕਿਉਂਕਿ ਸ਼ੁਰੂ ਤੋਂ ਹੀ ਸਾਡੀ ਸਟ੍ਰੀਮ ਬਹੁਤ ਅਲੱਗ ਸੀ, ਇਹ ਸਾਇੰਸ ਬੈਕਗ੍ਰਾਉਂਡ ਦੇ ਨਹੀਂ, ਮੈਂ ਕਮਰਸ ਬੈਕਗ੍ਰਾਉਂਡ ਦੀ ਹਾਂ, ਤਾਂ ਕਰਕੇ ਮਤਲਬ ਇੰਨਾ ਕੰਪੀਟੀਸ਼ਨ ਦਾ ਭਾਵ ਨਹੀਂ ਸੀ। ਪਰ ਯੂਨੀਵਰਸਿਟੀ ਜਿਹੜਾ ਮੈਂ ਗਈ ਉਹ ਮੈਂ ਮਨਪ੍ਰੀਤ ਕਰਕੇ ਹੀ ਪਹੁੰਚੀ ਆ ਉੱਥੇ, ਕਿਉਂਕਿ ਇੱਥੇ ਕਿਸੇ ਨੂੰ ਵੀ ਇੰਨਾ ਪਤਾ ਨਹੀਂ ਸੀ ਪੰਜਾਬ ਯੂਨੀਵਰਸਿਟੀ ਕੀ ਹੈ, ਕਿ ਉੱਥੇ ਕਿੱਦਾਂ ਦੀ ਪੜ੍ਹਾਈ ਹੁੰਦੀ ਹੈ, ਕੁਛ ਵੀ ਨਹੀਂ ਪਤਾ ਸੀ। ਮਨਪ੍ਰੀਤ ਉੱਥੇ ਐਂਟਰੈਂਸ ਦੇ ਕੇ ਗਈ, ਆਈ ਡੋਂਟ ਨੋ ਉਹਨੂੰ ਕਿੱਥੋਂ ਪਤਾ ਲੱਗਿਆ ਕਿ ਕਿੱਦਾਂ ਐਂਟਰੈਂਸ ਦੇਣਾ, ਉਹਨੇ ਸਾਰੀ ਨੌਲੇਜ ਖੁਦ ਗੈਦਰ ਕੀਤੀ ਹੈ, ਕਿਸੇ ਨੇ ਸਾਨੂੰ ਇੱਥੋਂ ਗਾਈਡੈਂਸ ਨਹੀਂ ਮਿਲੀ ਸੀ ਸਾਨੂੰ, ਉਹਨੇ ਸਾਰੀ
ਖੁਦ ਗੈਦਰ ਕੀਤੀ ਇਨਫੋਰਮੇਸ਼ਨ, ਫਾਰਮੇਸੀ ਦਾ ਪੇਪਰ ਕਲੀਅਰ ਕੀਤਾ, ਜਦੋਂ ਉਹਦੇ ਉੱਥੇ 2 ਸਾਲ ਹੋ ਗਏ ਸੀ, ਉਸ ਤੋਂ ਬਾਅਦ ਉਹਨੇ ਮੈਨੂੰ ਪਾਪਾ ਨੂੰ ਦੱਸਿਆ, ਡਿਸਕਸ ਕੀਤਾ ਸਾਰੇ ਕਿ ਇੱਥੇ ਇੱਕ ਲੋਅ ਡਿਪਾਰਟਮੈਂਟ ਹੈ, ਬਹੁਤ ਅੱਛਾ ਆ, ਉੱਥੇ ਵੀ ਬਹੁਤ ਅੱਛੀ ਸਟੱਡੀ ਆ, ਉੱਥੇ ਦਾ ਬਹੁਤ ਅੱਛਾ ਰਿਜ਼ਲਟ ਹੈ, ਤਾਂ ਆਪਾਂ ਦੀਪੂ ਨੂੰ, ਮਤਲਬ ਮੇਰਾ ਵੀਰਪਾਲ ਨੂੰ, ਮੇਰਾ ਨਿਕਨੇਮ ਦੀਪੂ ਹੈ, ਤਾਂ ਉਹਨੂੰ ਆਪਾਂ ਉੱਥੇ ਪਾ ਦਿੰਦੇ ਹਾਂ ਉਸ ਉਹਦੇ ਵਿੱਚ। ਤਾਂ ਫਿਰ ਮੰਤਰੀ ਨੇ ਮੈਨੂੰ ਦੱਸਿਆ ਕਿ ਇਹਦਾ ਐਂਟਰੈਂਸ ਹੋਏਗਾ, ਇਸ ਬੁੱਕ ਨੂੰ ਪੜ੍ਹ, ਉਹਦਾ ਐਂਟਰੈਂਸ ਕਲੀਅਰ ਕਰ। ਫਿਰ ਮੈਂ ਐਂਟਰੈਂਸ ਕਲੀਅਰ ਕੀਤਾ ਪਲੱਸ ਟੂ ਤੋਂ ਬਾਅਦ, ਫਿਰ ਮੇਰਾ ਉੱਥੇ ਐਡਮਿਸ਼ਨ ਹੋਇਆ। ਮੇਰੀ 5 ਸਾਲ ਦੀ ਡਿਗਰੀ ਸੀ, ਬੀ ਕੌਮ ਅਤੇ ਐੱਲ ਐੱਲ ਬੀ ਦੋਨੇ ਮੇਰੀ ਇਕੱਠੀ ਸੀ 5 ਸਾਲ। ਫਿਰ ਮੈਂ ਹੁਣ ਐੱਲ ਐੱਲ ਐੱਮ ਦਾ ਪੇਪਰ ਦਿੱਤਾ, ਫਿਰ ਐੱਲ ਐੱਲ ਐੱਮ ਹਜੇ ਮੇਰੀ ਪੂਰੀ ਹੀ ਹੋਈ ਸੀ, ਫਿਰ ਏ ਡੀ ਏ ਦਾ ਪੇਪਰ ਆ ਗਿਆ। ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ, ਕਿਉਂਕਿ ਕਈ ਵਾਰੀ ਨਾ ਪਰਿਵਾਰ 'ਚ ਵੈਸੇ ਤਾਂ ਚਲੋ ਮੋਟੀਵੇਟ ਕਰਦੇ ਆ ਮਾਪੇ, ਫਿਰ ਵੀ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ, ਕਿਸ ਤਰ੍ਹਾਂ ਦਾ ਕੋਈ ਇਹੋ ਜਿਹਾ ਫੇਸ ਕਰਨਾ ਪਿਆ ਤੁਹਾਨੂੰ ਪੜ੍ਹਾਈ ਦੇ ਦੌਰਾਨ? ਐਕਚੁਅਲੀ ਸਾਡਾ ਸੱਚੀ ਦਿਲੋਂ ਧੰਨਵਾਦ ਸਾਡੇ ਮਾਂ ਬਾਪ ਨੂੰ ਹੀ ਹੈ, ਕਿਉਂਕਿ ਉਹਨਾਂ ਨੇ ਸਾਨੂੰ ਫਾਈਨੈਂਸ਼ੀਅਲ ਦੇ ਨਾਲ ਜੋ ਇਮੋਸ਼ਨਲ ਸਪੋਰਟ ਕੀਤੀ ਉਹ ਬਹੁਤ ਜ਼ਿਆਦਾ ਰਹੀ ਆ। ਅਸੀਂ ਫਿਰ ਵੀ ਕਿਸੇ ਨਾ ਕਿਤੇ ਇੱਦਾਂ ਹੋ ਜਾਂਦਾ ਸੀ ਕਿ ਬਹੁਤ ਹੋ ਗਿਆ, ਕੀ ਕਰੀਏ ਹੁਣ, ਬਹੁਤ ਟਾਈਮ ਲੱਗ ਰਿਹਾ ਇੱਦਾਂ ਇੱਦਾਂ, ਬਟ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਆ। ਤਾਂ ਸਾਡੇ ਘਰ ਵਿੱਚ, ਮਤਲਬ ਮੇਰੇ ਮਾਂ ਭੈਣ ਵੱਲੋਂ, ਕਦੇ ਵੀ ਇੱਦਾਂ ਦਾ ਕੋਈ ਸਿਚੁਏਸ਼ਨ ਨਹੀਂ ਆਈ ਕਿ ਉਹਨਾਂ ਨੇ ਸਾਨੂੰ ਮਨਾ ਕੀਤਾ ਹੋਵੇ। ਹਮੇਸ਼ਾ ਮੇਰੇ ਪਾਪਾ ਕਹਿੰਦੇ ਸੀ ਕਿ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਰਸਤੇ ਤੇ ਚੱਲਣਾ, ਤੇ ਆਪਾਂ ਪੜ੍ਹਾਈ ਹੀ ਕਰਨੀ ਆ, ਆਪਾਂ ਨੂੰ ਉਹੀ ਅੱਗੇ ਲੈ ਕੇ ਜਾਏਗੀ। ਬਿਲਕੁਲ। ਫਿਰ ਤੁਸੀਂ ਪੰਜਾਬ ਯੂਨੀਵਰਸਿਟੀ ਦੋਨਾਂ ਨੇ ਕਿੰਨੇ ਸਾਲ ਤੱਕ ਗਾਈਡ ਵੀ ਕਰਦੇ ਰਹੇ ਮਨਪ੍ਰੀਤ ਤੁਹਾਨੂੰ? ਹਾਂਜੀ, ਕਿੰਨੇ ਸਾਲ ਪੜ੍ਹਾਈ? ਮੈਂ 6 ਸਾਲ ਦੀ ਪੜ੍ਹਾਈ ਹੋ ਗਈ, 5 ਸਾਲ ਦੀ ਮੇਰੀ ਡਿਗਰੀ ਸੀ ਬੀ ਕੌਮ ਐੱਲ ਐੱਲ ਬੀ, 1 ਸਾਲ ਦੀ ਮੇਰੀ ਐੱਲ ਐੱਲ ਐੱਮ, ਅਤੇ ਮਨਪ੍ਰੀਤ ਦੀ ਆਈ ਥਿੰਕ 9 ਸਾਲ ਦੀ ਪੜ੍ਹਾਈ ਹੋ ਗਈ ਉੱਥੇ, 4 ਸਾਲ ਦੀ ਉਹਨਾਂ ਦੀ ਫਾਰਮੈਸੀ ਸੀ, ਫਿਰ 3 ਸਾਲ ਦੀ ਐੱਲ ਐੱਲ ਬੀ, ਫਿਰ 1 ਸਾਲ ਦੀ ਐੱਲ ਐੱਲ ਐੱਮ, 8 ਸਾਲ ਹੋ ਗਏ ਉਹਨਾਂ ਨੂੰ। ਅੱਛਾ ਮਨਪ੍ਰੀਤ, ਜਿਸ ਤਰ੍ਹਾਂ ਕਿਉਂਕਿ ਜ਼ਿਆਦਾਤਰ ਆਪਾਂ ਪਿੰਡਾਂ 'ਚ, ਆਪਣਾ ਕਸਬਾ ਵੀ ਪਿੰਡਾਂ ਵਰਗੇ ਕਹਿ ਸਕਦੇ ਆਪਾਂ, ਕਿ ਸ਼ਹਿਰੀ ਇਲਾਕਾ ਨਹੀਂ ਹੈਗਾ ਨਾ, ਅਤੇ ਜਦੋਂ ਇੱਧਰ ਪੜ੍ਹਾਈਆਂ ਦਾ ਇੰਨਾ ਜ਼ਿਆਦਾ ਕੰਪੀਟੀਸ਼ਨ ਵੀ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਵੱਡੇ ਸ਼ਹਿਰਾਂ 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਆ, ਤੁਸੀਂ ਇੱਥੋਂ ਪੇਂਡੂ ਖੇਤਰ ਦੇ ਇਲਾਕੇ 'ਚ ਗਏ, ਇਹ ਤਿਆਰੀ ਹੈ ਜਿਹੜੀ ਉਹ ਕਿੰਨੀ ਕੁ, ਕੋਈ ਕੋਚਿੰਗ ਵੀ ਲੈਣੀ ਪਈ ਜਾਂ ਕਿਸ ਤਰ੍ਹਾਂ ਤੁਹਾਨੂੰ ਗਾਈਡੈਂਸ ਮਿਲਦੀ ਰਹੀ? ਐਕਚੁਅਲੀ ਕੋਚਿੰਗ ਨਹੀਂ ਲੈਤੀ ਅਸੀਂ, ਬਟ ਮੈਨੂੰ ਇਹ ਲੱਗਦਾ ਕਿ ਕੋਚਿੰਗ ਲੈ ਲੈਣੀ ਚਾਹੀਦੀ ਆ। ਸਾਨੂੰ ਬਹੁਤ ਸਾਰੇ ਹਰਡਲਸ ਆਏ, ਜੋ ਸਾਡਾ ਟਾਈਮ ਪੀਰੀਅਡ 2 ਸਾਲ ਦੀ ਪ੍ਰੈਪਰੇਸ਼ਨ ਸੀ ਉਹ 1 ਸਾਲ 'ਚ ਹੋ ਸਕਦੀ ਸੀ ਅਗਰ ਸਾਨੂੰ ਇੱਕ ਬੈਟਰ ਗਾਈਡੈਂਸ ਮਿਲ ਜਾਂਦੀ। ਉਹਦੀ ਬਹੁਤ ਕਮੀ ਰਹੀ ਹੈ ਇੱਕ, ਕਿਉਂਕਿ ਇੱਥੇ ਵੀ ਮੇਰੇ ਇੱਕ ਸਰ ਸੀਗੇ ਜਿਹਨਾਂ ਕੋਲ ਟਿਊਸ਼ਨ ਪੜ੍ਹਦੀ ਸੀ, ਉਹਨਾਂ ਨੇ ਯੂਨੀਵਰਸਿਟੀ ਦਾ ਦੱਸਤਾ ਸੀ, ਫਿਰ ਉੱਥੇ ਚਲੋ ਇੰਟਰੈਂਸ ਵਗੈਰਾ ਦਿੱਤਾ ਤਾਂ ਉਹ ਸਭ ਹੋ ਗਿਆ, ਉਸ ਤੋਂ ਬਾਅਦ ਅੱਗੇ ਕੀ ਕਰਨਾ ਉਹ ਕੁਛ ਨਹੀਂ ਪਤਾ ਸੀ। ਸੋ ਹੌਲੀ ਹੌਲੀ ਜਿੱਦਾਂ ਸੀਨੀਅਰਸ ਨੂੰ ਕੰਟੈਕਟ ਕਰਨਾ ਕਿ ਕੁਛ ਦੱਸ ਦਿਓ ਪਲੀਜ਼, ਤੁਸੀਂ ਬਣ ਗਏ ਏਦਾਂ ਏਦਾਂ, ਤੇ ਉਸ ਨਾਲ ਏਦਾਂ ਹੌਲੀ 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 ਖੁਦ ਹੀ ਪ੍ਰੈਪਰੇਸ਼ਨ ਕਰਨੀ ਪਈ। ਪਰ ਮੈਨੂੰ ਇਹ ਲੱਗਦਾ ਕਿ ਅਗਰ ਤੁਸੀਂ ਵਾਕਈ ਕਰਨਾ ਚਾਹੁੰਦੇ ਹੋ ਡੈਡੀਕੇਸ਼ਨ ਨਾਲ, ਤਾਂ ਤੁਹਾਨੂੰ ਕੋਚਿੰਗ ਲੈਣੀ ਚਾਹੀਦੀ ਆ, ਬਟ ਇੰਨੀ ਕੋਈ ਨੈਸੈਸਰੀ ਨਹੀਂ ਹੈ ਕਿ ਉਸ ਤੋਂ ਬਿਨਾਂ ਕਦੇ ਕੁਛ ਹੋ ਹੀ ਨਹੀਂ ਸਕਦਾ। ਬਿਲਕੁਲ, ਚਲੋ ਮਿਹਨਤ ਵੀ ਜ਼ਿਆਦਾ ਤੁਹਾਨੂੰ ਕਰਨੀ ਪਈ, ਸੰਘਰਸ਼ ਜ਼ਿਆਦਾ ਕਰਨਾ ਪਿਆ, ਹੈ ਨਾ। ਮੈਂ ਤਾਂ ਇਹੀ ਮੈਸੇਜ ਦੇਣਾ ਚਾਹਾਂਗੀ, ਜਿਵੇਂ ਮੇਰੇ ਪੇਰੈਂਟਸ ਨੇ ਮੇਰੀ ਸਪੋਰਟ ਕੀਤੀ ਹੈ, ਮੇਰੀ ਫੈਮਿਲੀ ਨੇ ਮੇਰੀ ਸਪੋਰਟ ਕੀਤੀ ਹੈ, ਸਭ ਨੂੰ ਏਦਾਂ ਹੀ ਆਪਦੀ ਕੁੜੀਆਂ ਦੀ, ਇਨਫੈਕਟ ਕੁੜੀਆਂ ਦੀ ਕਿ ਮੁੰਡਿਆਂ ਦੀ, ਸਭ ਦੀ ਜਨਰਲ ਨਿਊਟਰਲ ਹੈ ਚੀਜ਼, ਹਮੇਸ਼ਾ ਹੈਲਪ ਕਰਨੀ ਚਾਹੀਦੀ ਹੈ। ਜੋ ਵੀ ਕੁਛ ਵੀ ਆਪਦਾ ਕਰੀਅਰ ਆਪਸ਼ਨ ਚੂਜ਼ ਕਰਨਾ ਚਾਹੁੰਦਾ, ਉਹਨਾਂ ਨੂੰ ਉਹਦੇ ਵਿੱਚ ਹੈਲਪ ਕਰਨੀ ਚਾਹੀਦੀ ਹੈ, ਹਮੇਸ਼ਾ ਸਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਜੇ ਆਪਾਂ ਆਪਦੇ ਘਰ 'ਚ ਚੇਂਜ ਲਿਆਵਾਂਗੇ ਤਾਂ ਹੀ ਹੌਲੀ ਹੌਲੀ ਘਰ 'ਚ ਸੋਸਾਇਟੀ ਵਿੱਚ ਚੇਂਜ ਆਊਗਾ, ਫਿਰ ਹੌਲੀ ਹੌਲੀ ਇਹੀ ਆਪਣੇ ਪੂਰੇ ਦੇਸ਼ 'ਚ ਚੇਂਜ ਆ ਪਾਊਗਾ। ਤਾਂ ਇਹ ਆਪਾਂ ਨੂੰ ਆਪਦੇ ਘਰ ਤੋਂ ਹੀ ਸਟਾਰਟ ਕਰਨਾ ਪਏਗਾ ਕਿ ਆਪਾਂ ਆਪਦੇ ਘਰ ਤੋਂ ਸਟਾਰਟ ਕਰੀਏ, ਜਿਹੜਾ ਕਰੀਅਰ ਆਪਸ਼ਨ ਬੱਚੇ ਕਹਿੰਦੇ ਆ ਉਹਨਾਂ ਨੂੰ ਸਪੋਰਟ ਕਰੀਏ, ਉਹਨਾਂ ਨੂੰ ਗਾਈਡੈਂਸ ਦੇਈਏ, ਤਾਂ ਮੇਰਾ ਇਹੀ ਮੈਸੇਜ ਰਹੇਗਾ। ਜ਼ਿਆਦਾਤਰ ਤੁਸੀਂ ਹੋਸਟਲ 'ਚ ਰਹੇ ਹੋ, ਤਾਂ ਜੇ ਆਪਾਂ ਗੱਲ ਕਰੀਏ ਕਿ ਤਿਆਰੀ ਕਰਨ ਦੀ ਕੰਪੀਟੀਸ਼ਨ, ਤੁਸੀਂ ਪੜ੍ਹਦੇ ਕਿੰਨਾ ਸੀ, ਕਿੰਨੇ ਕਿੰਨਾ ਕੁ ਸੰਘਰਸ਼ ਕਰਨਾ ਪੈਂਦਾ ਪੜ੍ਹਨ ਵੇਲੇ, ਕਿਉਂਕਿ ਵੱਡਾ ਜਿਹੜਾ ਇਹ ਇਲਜ਼ਾਮ ਆ ਤੁਸੀਂ ਪਾਸ ਕੀਤਾ?
ਮੈਂ ਅਗਰ ਆਪਦਾ ਕੁਆਲਿਟੀ ਟਾਈਮ ਦੱਸਾਂ ਤਾਂ ਮੈਂ 8 ਘੰਟੇ ਪੜ੍ਹਦੀ ਸੀ, ਤਾਂ ਮੈਂ 8 ਘੰਟੇ ਰੋਜ਼ ਦੇ ਪੜ੍ਹਨਾ ਸੀ। ਅਗਰ ਕੁਛ ਕੰਮ ਹੋ ਗਿਆ ਤਾਂ ਠੀਕ ਹੈ, ਅਦਰਵਾਈਜ਼ ਕੰਟੀਨਿਊਸਲੀ ਮਤਲਬ 7 ਤੋਂ 7 ਦਿਨ ਵੀਕ ਅਸੀਂ ਮਤਲਬ ਪੜ੍ਹਦੇ ਸੀ। ਮੈਂ ਦਿਨ ਨੂੰ ਜ਼ਿਆਦਾ ਪੜ੍ਹਨਾ ਪ੍ਰੈਫਰ ਕਰਦੀ ਸੀ, 20 ਸਾਲ ਰਾਤ ਨੂੰ ਪੜ੍ਹਦੀ ਆ। ਜਿੱਦਾਂ ਅਗਰ ਅਸੀਂ ਖਾਣਾ ਖਾਣ ਗਏ ਆ ਬਾਹਰ, ਚਾਹ ਪੀਣ ਗਏ ਆ, ਤਾਂ ਉਦੋਂ ਅਸੀਂ ਡਿਸਕਸ਼ਨ ਹੀ ਕਰਾਂਗੇ ਜੋ ਜੋ ਪੜ੍ਹਿਆ। ਉਸ ਨਾਲ ਉਹ ਕੀ ਹੈ ਕਿ ਉਹ ਮੈਮੋਰਾਈਜ਼, ਰਿਵੀਜ਼ਨ ਬਹੁਤ ਜ਼ਰੂਰੀ ਆ, ਉਹ ਉਸ ਨਾਲ ਹੀ ਹੁੰਦੀ ਆ। ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਜਿਹੜੇ ਬੱਚੇ, ਕਿਉਂਕਿ ਕਈ ਵਾਰੀ ਐਗਜ਼ਾਮ 'ਚੋਂ ਫੇਲ ਹੋ ਜਾਂਦੇ ਆ ਕਿਉਂਕਿ ਕੰਪੀਟੀਸ਼ਨ ਇੰਨਾ ਜ਼ਿਆਦਾ, ਅਤੇ ਬੱਚੇ ਆ ਜਿਹੜੇ ਉਹ ਦਿਲ ਛੱਡ ਜਾਂਦੇ ਆ ਵੀ ਸਾਥੋਂ ਅਸੀਂ ਆਉਣਾ ਨਹੀਂ ਆ ਇਸ ਕੰਪੀਟੀਸ਼ਨ 'ਚ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਹੈ, ਨੋ ਡਾਊਟ, ਪਰ ਆਪਾਂ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਆ, ਕਦੇ ਵੀ ਹੌਸਲਾ ਨਾ ਛੱਡੋ। ਠੀਕ ਹੈ, ਇੱਕ ਵਾਰ ਨਹੀਂ ਹੋਏਗਾ, ਇੱਕ ਫੇਲੀਅਰ ਹੋ ਸਕਦਾ, ਇਨਫੈਕਟ 2-3 ਫੇਲੀਅਰ ਹੋ ਸਕਦੇ ਨੇ, ਕੋਈ ਚੱਕਰ ਨਹੀਂ ਹੈ ਇਸ ਚੀਜ਼ ਦਾ। ਹਮੇਸ਼ਾ ਆਪਦੇ ਪੇਰੈਂਟਸ ਨਾਲ ਜਾਂ ਜੋ ਵੀ ਤੁਹਾਡਾ ਫਰੈਂਡ ਹੈ, ਅੱਛਾ, ਉਹਦੇ ਨਾਲ ਕਮਿਊਨੀਕੇਟ ਕਰੋ। ਕਦੇ ਵੀ ਇਹ ਨਾ ਹੋ ਜਿਵੇਂ ਆਪਾਂ ਹੁਣ ਦੇਖ ਰਹੇ ਹਾਂ ਜੋ ਸੁਸਾਈਡਲ ਰੇਟ ਜਾਂ ਕੁਛ ਵੀ ਜ਼ਿਆਦਾ ਹੋ ਰਿਹਾ ਹੈ, ਉਹ ਸਿਰਫ ਇਸ ਗੱਲ ਕਾਰਨ ਹੋ ਰਿਹਾ ਕਿਉਂਕਿ ਕਮਿਊਨੀਕੇਸ਼ਨ ਨਹੀਂ ਆ। ਤਾਂ ਹਮੇਸ਼ਾ ਆਪਦੀ ਸਿਸਟਰ ਨਾਲ, ਆਪਦੀ ਫੈਮਿਲੀ ਨਾਲ, ਪੇਰੈਂਟਸ ਨਾਲ ਜਾਂ ਫਰੈਂਡਸ ਨਾਲ ਕਮਿਊਨੀਕੇਟ ਕਰੋ। ਜੋ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਚਾਹੇ ਉਹ ਫਾਈਨੈਂਸ਼ਲੀ ਆ, ਇਮੋਸ਼ਨਲੀ ਆ, ਕੁਛ ਵੀ, ਉਹ ਕਮਿਊਨੀਕੇਟ ਕਰੋ, ਕਦੇ ਹੌਸਲਾ ਨਾ ਛੱਡੋ, ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਅੱਛਾ, ਕਦੇ ਜਦੋਂ ਤੁਸੀਂ ਕਿਉਂਕਿ ਦੱਸਿਆ ਵੀ ਪੜ੍ਹਾਈ ਦਾ ਦੌਰ ਕਾਫੀ ਲੰਬਾ ਹੋ ਗਿਆ, ਜਿਹੜਾ 2-3 ਸਾਲ 'ਚ ਕਰ ਲੈਣਾ ਚਾਹੀਦਾ ਸੀ ਤਾਂ ਉਹ ਜ਼ਿਆਦਾ ਟਾਈਮ ਲੱਗ ਗਿਆ ਤੁਹਾਨੂੰ, ਅਤੇ ਤੁਹਾਨੂੰ ਕਿੰਨਾ ਕੁ ਯਕੀਨ ਸੀਗਾ ਵੀ ਅਸੀਂ ਇਹ ਮੁਕਾਮ ਹਾਸਲ ਕਰ ਲਾਂਗੇ ਅਤੇ ਦੋਨੇ ਇੱਕੇ ਘਰੇ ਸਰਕਾਰੀ ਨੌਕਰੀ? ਨਹੀਂ, ਬਿਲਕੁਲ ਵੀ ਨਹੀਂ। ਐਕਚੁਲੀ ਸਾਨੂੰ ਮਤਲਬ ਹਜੇ ਤੱਕ ਵੀ ਬਿਲੀਵ ਨਹੀਂ ਹੁੰਦਾ ਇਸ ਗੱਲ 'ਤੇ ਕਿ ਮਤਲਬ ਅਸੀਂ ਇਗਜ਼ਾਮ ਕਲੀਅਰ ਕਰਤਾ। ਮੈਨੂੰ ਲੱਗਦਾ ਕਿ ਅਗਰ ਮੈਂ, ਮੈਨੂੰ ਇੱਦਾਂ ਲੱਗਦਾ ਸੀ ਅਗਰ ਮੈਂ ਇਗਜ਼ਾਮ ਕਲੀਅਰ ਕਰ ਸਕਦੀ ਹਾਂ ਤਾਂ ਕੋਈ ਵੀ ਕਰ ਸਕਦਾ। ਮੈਨੂੰ ਬਹੁਤ ਘੱਟ ਇੱਦਾਂ ਸੀ ਕਿ ਮੇਰਾ ਇਗਜ਼ਾਮ ਕਲੀਅਰ ਹੋ ਜੂਗਾ, ਬਟ ਕਦੇ ਹਿੰਮਤ ਨਹੀਂ ਆ ਰਹੀ ਸੀ ਮੈਨੂੰ ਇਹ ਕਿ ਹਾਂ ਹੋ ਹੀ ਜਾਣਾ, ਕਿਉਂਕਿ ਜਦੋਂ ਪੜ੍ਹ ਰਹੇ ਹਾਂ, ਕੰਪੀਟੀਸ਼ਨ ਦੇਖ ਰਹੇ ਹਾਂ, ਇੱਕ ਜਦੋਂ ਡਿਸਕਸ਼ਨ ਕਰਦੇ ਹਾਂ ਤੁਸੀਂ ਆਪਦੇ ਕੰਪੀਟੀਸ਼ਨ ਹੋ ਤਾਂ ਤੁਹਾਨੂੰ ਇੱਕ ਲੈਵਲ ਪਤਾ ਲੱਗਦਾ ਰਹਿੰਦਾ ਕਿ ਹਾਂ ਤੁਸੀਂ ਅਚੀਵ ਕਰ ਪਾਓਗੇ ਜਾਂ ਨਹੀਂ, ਪਰ ਯਕੀਨ ਬਿਲਕੁਲ ਨਹੀਂ ਸੀ। ਔਰ ਕਿ ADA ਹੋ ਜੂਗਾ ਤਾਂ ਬਿਲਕੁਲ ਵੀ ਨਹੀਂ ਸੀ। ਅੱਛਾ, ADA ਦਾ ਐਗਜ਼ਾਮ ਦਾ ਜਦੋਂ ਰਿਜ਼ਲਟ ਆਇਆ ਤੇ ਫਿਰ ਪਹਿਲਾਂ ਕਿਵੇਂ ਪਤਾ ਲੱਗਿਆ, ਕਿਸੇ ਨੇ ਦੱਸਿਆ, ਤੇ ਫਿਰ ਪਹਿਲਾਂ ਜਿਹੜਾ ਰੋਲ ਨੰਬਰ ਪਾਸ ਵਾਲਾ ਉਹ ਕਿਹਦਾ ਆਇਆ ਸੀਗਾ? ਹਾਂਜੀ, ਐਕਚੁਅਲੀ ਮੇਰੇ ਨਾ ਇੱਕ ਕਲਾਸਮੇਟ ਜੋ ਖੁਦ ਪ੍ਰੈਪਰੇਸ਼ਨ ਕਰ ਰਿਹਾ ਉਹਦੇ ਕੋਲ ਆਇਆ ਸੀ, ਹੀ ਮੈਸੇਜ ਮੀ ਕਿ ਤੁਹਾਡਾ ਹੋ ਗਿਆ ਆ, ਚੈੱਕ ਕਰ ਲਓ। ਫਿਰ ਮੈਂ ਚੈੱਕ ਕੀਤਾ, ਓਕੇ ਦੱਸਿਆ ਫਿਰ ਤੁਸੀਂ? ਹਾਂਜੀ, ਪਹਿਲਾਂ ਮੈਂ ਖੁਦ ਦਾ ਚੈੱਕ ਕੀਤਾ, ਮਤਲਬ ਖੁਦ ਦਾ ਹੀ ਕਰ ਲਿਆ। ਫਿਰ ਹਜੇ ਮਨਪ੍ਰੀਤ ਨੂੰ ਨਹੀਂ ਪਤਾ ਸੀ, ਫਿਰ ਮੈਂ ਮਨਪ੍ਰੀਤ ਦਾ ਚੈੱਕ ਕੀਤਾ, ਫਿਰ ਮੈਂ ਮਨਪ੍ਰੀਤ ਨੂੰ ਨਹੀਂ ਫੋਨ ਕੀਤਾ, ਪਹਿਲਾਂ ਮੈਂ ਘਰੇ ਫੋਨ ਕੀਤਾ ਕਿ ਮੇਰਾ ਹੋ ਗਿਆ ਆ। ਮੰਮਾ ਤੇ ਪਾਪਾ ਤਾਂ ਏਦਾਂ ਸੀ, ਅੱਛਾ ਹੁਣ ਕੀ ਕਰੀਏ, ਅਸੀਂ ਆਉਂਦੇ ਹਾਂ, ਕੀ ਕਰੀਏ, ਸਾਨੂੰ ਪਤਾ ਨਹੀਂ ਚੱਲ ਰਿਹਾ। ਹਾਂਜੀ, ਬਿਲਕੁਲ ਯਕੀਨ ਨਹੀਂ ਹੋ ਰਿਹਾ ਸੀ, ਇਨਫੈਕਟ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ। ਮੇਰੇ ਬ੍ਰਦਰ ਨੂੰ ਮੈਂ ਉਹਨੂੰ ਦੱਸਿਆ ਫੋਨ ਕਰਕੇ ਕਿ ਸਾਡਾ ਹੋ ਗਿਆ, ਕਹਿੰਦਾ ਫਿਰ ਤੋਂ ਚੈੱਕ ਕਰ ਲਓ, ਇੱਕ ਵਾਰ ਚੈੱਕ ਕਰ ਲਓ। ਬਾਰੀ ਬਾਰੀ ਚੈੱਕ ਕਰੇ, ਬਹੁਤ, ਅਸੀਂ ਹੁਣ ਵੀ ਚੈੱਕ ਕਰਦੇ ਹਾਂ, ਹਜੇ ਵੀ ਅਸੀਂ ਚੈੱਕ ਕਰਦੇ ਹਾਂ। ਹਾਂਜੀ, ਬਾਰ ਬਾਰ ਮੈਂ ਆਪਦਾ ਰੋਲ ਨੰਬਰ ਚੈੱਕ ਕੀਤਾ, ਕਿਤੇ ਮੈਂ ਗਲਤ ਰੋਲ ਨੰਬਰ ਨਾ ਦੇਖ ਲਿਆ ਹੋਵੇ। ਫਿਰ ਮੈਂ ਨਾਮ ਚੈੱਕ ਕੀਤਾ, ਕਿਤੇ ਨਾਮ ਗਲਤ ਨਾ ਹੋਵੇ। ਏਦਾਂ ਹੀ ਮਨਪ੍ਰੀਤ ਦੇ ਨਾਲ ਕੇਸ ਸੇਮ, ਅਸੀਂ, ਸਾਨੂੰ ਦੋਨਾਂ ਨੂੰ ਹਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਸਾਡਾ ਹੋ ਗਿਆ ਆ। ਚਲੋ, ਬਹੁਤ ਵਧੀਆ, ਮੰਡੀ ਵਾਸਤੇ, ਕਾਲਾਂ ਵਾਲੀ ਤੋਂ ਇਲਾਵਾ ਪੂਰੇ ਸਰਸੇ ਵਾਸਤੇ ਮਾਣ ਦੀ ਗੱਲ ਹੈ। ਸਰ, ਸਾਡੀ ਟੀਮ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਥੈਂਕ ਯੂ ਸਰ। ਇਹ ਸਨ ਵੀਰਪਾਲ ਤੇ ਮਨਪ੍ਰੀਤ, ਦੋਨੇ ਸਕੀਆਂ ਭੈਣਾਂ ਹੈ। ਭਾਵੇਂ ਘਰ ਦੇ ਵਿੱਚ ਭੈਣਾਂ ਭਰਾਵਾਂ ਦਾ ਕੰਪੀਟੀਸ਼ਨ ਪੜ੍ਹਾਈ ਨੂੰ ਲੈ ਕੇ ਹੁੰਦਾ,
ਪਰ ਇਹ ਕਹਿੰਦੇ ਵੀ ਅਸੀਂ ਡਿਸਕਸ਼ਨ ਜ਼ਰੂਰ ਕਰਦੇ ਰਹਿੰਦੇ ਸੀ, ਇੱਕ ਦੂਜੇ ਨੂੰ ਗਾਈਡ ਕੀਤਾ ਮਾਪਿਆਂ ਤੋਂ, ਜਿਹੜਾ ਉਹਨਾਂ ਨੇ ਬਹੁਤ ਕੋਪਰੇਟ ਕੀਤਾ। ਉਸ ਤੋਂ ਬਾਅਦ ਆ ਜਿਹੜਾ ਇਹਨਾਂ ਨੇ ਮੁਕਾਮ ਹਾਸਲ ਕੀਤਾ, ਹੁਣ ਇਹ ਸਰਕਾਰੀ ਵਕੀਲ ਬਣ ਗਏ। ਅਤੇ ਉਮੀਦ ਕਰਦੇ ਹਾਂ ਕਿ ਸਰਕਾਰੀ ਵਕੀਲ ਆ ਜਿਹੜਾ ਪੀੜਿਤ ਆਪਦੇ ਨਿਆਂ ਵਾਸਤੇ ਕੋਰਟ 'ਚ ਜਾਂਦਾ ਅਤੇ ਉਹਨਾਂ ਦੇ ਇਹ ਆਵਾਜ਼ ਬਣਨਗੇ, ਉਹਨਾਂ ਨੂੰ ਨਿਆਂ ਦਵਾਉਣ ਦੀ ਜਿਹੜੀ ਇਹ ਲੜਾਈ ਜਾਰੀ ਰੱਖਣਗੇ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ, ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਦਿਓ। ਬਹੁਤ ਧੰਨਵਾਦ।